ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ, ਪੁਲਿਸ ਉਹਨਾਂ ਨੂੰ ਜ਼ਮੀਨ ਚੋਂ ਕੱਢ ਲਿਆਉਂਦੀ ਹੈ। ਇਹ ਮਿਸਾਲ ਸਾਹਮਣੇ ਆਈ ਹੈ। ਕੱਲ ਕੁਝ ਗੈਂਗਸਟਰਾਂ ਵੱਲੋਂ ਮੋਹਾਲੀ ਦੇ ਡੇਰਾਬਸੀ ਇਲਾਕੇ 'ਚ ਇਮੀਗ੍ਰੇਸ਼ਨ ਕੰਪਨੀ ਉੱਪਰ ਗੋਲੀਬਾਰੀ ਕੀਤੀ ਗਈ ਸੀ, ਜੋ ਕਿ ਫੜੌਤੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਅਪਰਾਧੀਆਂ ਨੂੰ ਜ਼ਮੀਨ ਵਿੱਚੋਂ ਕੱਢ ਲਿਆਂਦਾ ਗਿਆ। ਪੁਲਿਸ ਵੱਲੋਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਅਸਲਾ ਬਰਾਮਦ ਕੀਤਾ ਗਿਆ ਗੋਲੀ ਸਿੱਕਾ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਦੇ SSP ਡਾਕਟਰ ਦੀਪਕ ਪਾਰਕ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਦੇ ਸਬੰਧ ਤਿਹਾੜ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ। ਉਹਨਾਂ ਵੱਲੋਂ ਪੁੱਛਗਿੱਛ ਜਾਰੀ ਹੈ, ਹੋਰ ਵੀ ਕਈ ਹੋਰ ਮਾਮਲੇ ਹੱਲ ਹੋਣ ਦੀ ਉਮੀਦ ਹੈ। ਉੱਥੋਂ ਸੁਣਾਉਂਦੇ ਹਾਂ SSP ਦੀਪਕ ਪਾਰਕ ਇਸ ਸਬੰਧੀ ਕੀ ਜਾਣਕਾਰੀ ਦੇ ਰਹੇ ਹਨ। ਨੰਬਰਿੰਗ ਬੰਦ ਕਰੋ ਜੀ, ਨੰਬਰਿੰਗ ਕਰੀ ਜੀ ਸ਼ੁਰੂ। ਸਤਿ ਸ੍ਰੀ ਅਕਾਲ ਜੀ। ਡੇਰਾ ਬਸੀ ਦੇ ਵਿੱਚ ਕੱਲ ਇੱਕ ਆਈਲੈਟਸ ਕੋਚਿੰਗ ਸੈਂਟਰ ਤੇ ਕੰਸਲਟੇਸ਼ਨ ਸੈਂਟਰ ਤੇ ਫਾਇਰਿੰਗ ਦਾ ਇੰਸੀਡੈਂਟ ਹੋਇਆ ਸੀਗਾ, ਜਿਸ ਦੇ ਵਿੱਚ ਵੀਡੀਓ ਫੁਟੇਜ ਸਾਹਮਣੇ ਆਈ ਸੀ, ਜਿਸ ਦੇ ਵਿੱਚ 2 ਨੌਜਵਾਨ ਵਿਅਕਤੀ ਨਜ਼ਰ ਆ ਰਹੇ ਸੀਗੇ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀਗੇ। ਉਹਨਾਂ ਨੇ 5-6 ਰਾਊਂਡ ਜਿਹੜੇ ਹੈਗੇ ਫਾਇਰ ਕੀਤੇ ਸੀਗੇ। ਸੋ ਉਹ ਅਸੀਂ ਜਿਹੜੀ ਹੈਗੀ ਸਾਨੂੰ ਲੀਡਸ ਮਿਲਣੀ ਸ਼ੁਰੂ ਹੋ ਗਈ ਸੀਗੀ ਵਿਦਇਨ 5-6 ਆਵਰਸ ਆਫ ਦੀ ਇੰਸੀਡੈਂਟ, ਤੇ ਹੁਣ 24 ਘੰਟੇ ਦੇ ਅੰਦਰ ਅਸੀਂ ਜਿਹੜਾ ਹੈਗਾ ਉਹ ਮੁਕਦਮਾ ਟਰੇਸ ਕਰਕੇ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਏ। ਇਸ ਕੇਸ ਦੇ ਵਿੱਚ 3 ਅਕਿਊਜ਼ ਅਸੀਂ ਫੜੇ ਹੈਗੇ, ਜਿਹਦੇ ਵਿੱਚ 2 ਬਾਲਿਗ ਹੈ, 1 ਨਾਬਾਲਿਗ ਹੈਗਾ। ਜਿਹੜੇ ਬਾਲਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ ਮੋਹਿਤ ਕੁਮਾਰ ਹੈ, ਜੋ ਕਿ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈਗਾ। ਇਹਦਾ ਪਿੰਡ ਹੈ ਲਖਨੌਰਾ ਦਾ, ਜਿਹਦੀ ਉਮਰ 23 ਸਾਲ ਹੈਗੀ ਹੈ, ਜੋ ਇਹਦੀ ਗ੍ਰਿਫਤਾਰੀ ਵੀ ਉੱਥੋਂ ਹੀ ਕੀਤੀ ਗਈ ਹੈ। ਦੂਜਾ ਹੈਗਾ ਜਗਦੀਪ ਸਿੰਘ ਉਰਫ ਜੱਗੂ, ਇਹ ਆਪਣੇ ਡੇਰਾ ਬਸੀ ਦਾ ਹੀ ਰਹਿਣ ਵਾਲਾ ਹੈਗਾ, ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ ਹੈਗੀ ਅੰਬਾਲੇ ਤੋਂ ਕੀਤੀ ਗਈ ਹੈ, 19 ਸਾਲ। ਤੀਜਾ ਹੈਗਾ ਜੀ ਜੁਵੀਨਾਈਲ ਹੈਗਾ, ਸੋ ਉਹਦੀ ਉਹ ਵੀ ਆਪਣੇ ਡੇਰਾ ਬਸੀ ਦਾ ਰਹਿਣ ਵਾਲਾ ਹੈਗਾ। ਜਿਹੜਾ ਇਹ ਮੋਹਿਤ ਹੈ ਤੇ ਜੁਵੀਨਾਈਲ ਹੈ, ਇਹਨਾਂ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿੱਚ ਆ ਰਹੇ ਸੀਗੇ ਜਦੋਂ ਇੰਸੀਡੈਂਟ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਬਾਈਕ ਤੇ। ਸੋ ਜਿਹੜਾ ਤੀਜਾ ਵਿਅਕਤੀ ਹੈਗਾ ਜੱਗੂ, ਇਹ ਕੌਨਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ। ਸੋ ਜਿਹੜੀ ਹੁਣ ਤੱਕ ਰਿਕਵਰੀਜ਼ ਹੋਈ ਹੈ, ਇਹਨਾਂ ਤੋਂ ਇੱਕ ਪਿਸਟਲ, 32 ਬੋਰ ਦਾ ਸਮੇਤ ਇੱਕ ਜ਼ਿੰਦਾ ਕਾਰਤੂਸ ਦੇਸੀ, ਇੱਕ ਦੇਸੀ ਪਿਸਟਲ, ਦੂਜਾ 315 ਬੋਰ ਦਾ ਸਮੇਤ 2 ਜ਼ਿੰਦਾ ਕਾਰਤੂਸ, ਤੇ ਇੱਕ ਜਿਹੜਾ ਮੋਟਰਸਾਈਕਲ ਸਪਲੈਂਡਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ, ਉਹ ਬਰਾਮਦ ਕੀਤਾ ਗਿਆ। ਬਾਕੀ ਇਹਨਾਂ ਦੇ ਮੋਬਾਈਲ ਫੋਨ ਵਗੈਰਾ ਜਿਹੜੇ ਹੈਗੇ ਉਹ ਵੀ ਅਸੀਂ ਚੈੱਕ ਕਰਕੇ ਉਹਨਾਂ ਨੂੰ ਅੰਦਰ ਆਪਣੇ ਲੈ ਕੇ ਉਹਨਾਂ ਦੀ ਫੋਰੈਂਸਿਕ ਕਰਾਵਾਂਗੇ। ਸੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ, ਇੱਕ ਜਿਹੜੀ ਚਿੱਠੀ ਸੀਗੀ ਉਸਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਂ ਲਿਖਿਆ ਸੀਗਾ, ਜੋ ਕਿ ਇਸ ਵਕਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈਗਾ। ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ, ਉਸਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀ ਹਾਂ, ਤੇ ਮੇਰਾ ਜਿਹੜਾ ਹੈਗਾ ਉਹ ਸੈੱਟ ਐਕਸਟੋਰਸ਼ਨ ਟਾਈਪ ਦੇ ਉਹਦੇ ਵਿੱਚ ਡਿਮਾਂਡ ਕਰ ਰਿਹਾ ਸੀਗਾ, ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ 'ਚ ਚਿੱਠੀ ਦੀ ਜਿਹੜੀ ਹੈਗੀ ਉਹ ਸੱਚਾਈ ਕਿੰਨੀ ਹੈਗੀ ਹੈ। ਸੋ ਕਿ ਐਕਚੁਅਲੀ ਕੀ ਉਹਦੇ ਵੱਲੋਂ ਇੰਸਟਰਕਸ਼ਨ ਸੀਗੇ ਕਿ ਇਹਨਾਂ ਨੇ ਆਪ ਹੀ ਕਾਰਵਾਈ ਕੀਤੀ ਸੀਗੀ, ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ। ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਬਾਹਰ ਸੀਗਾ, ਉਦੋਂ ਇਹਦੇ ਵਿੱਚ 1-2 ਵਿਅਕਤੀ ਜਿਹੜੇ ਹੈਗੇ ਉਹਦੇ ਕੰਟੈਕਟ ਦੇ ਵਿੱਚ ਹੋ ਸਕਦੇ ਆ, ਜਿਹੜੀ ਸਾਡੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕਹਿੰਦੀ ਹੈ। ਬਟ ਦੈਟ ਇਜ਼ ਅ ਮੈਟਰ ਜਿਹੜਾ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਠੋਸ ਜਿਹੜੇ ਹੈਗੇ ਸਬੂਤ ਲਾਣ ਤੋਂ ਬਾਅਦ ਹੀ। ਜਿਹੜੇ ਲੋਕਲ ਬੰਦੇ 2 ਸ਼ਾਮਿਲ ਹੈਗੇ, ਸੋ ਜੁਵੀਨਾਈਲ ਦਾ ਜਿਹੜਾ ਰੋਲ ਹੁਣ ਤੱਕ ਸਾਹਮਣੇ ਆਇਆ ਉਹ ਇਹ ਹੈ ਕਿ ਉਹਨੇ ਰੈਕੀ ਕਰਵਾਈ ਸੀਗੀ ਜੁਵੀਨਾਈਲ ਦਾ, ਤੇ ਜਿਹੜਾ ਜੱਗੂ ਹੈਗਾ ਉਹਦਾ ਵੀ ਰੋਲ ਪਲੈਨਿੰਗ ਤੇ ਰੈਕੀ ਦੇ ਵਿੱਚ ਹੈ। ਫਾਇਰ ਸਰ ਕਿਹਨੇ ਕੀਤਾ ਸੀ ਨਾ ਜੁਵੀਨਾਈਲ ਔਰ ਉਸ ਵਿੱਚ? ਮੋਹਿਤ ਨੇ ਫਾਇਰ ਕੀਤਾ।